ਜੀ ਓਕਲੈਂਡ ਦੇ ਵਿੱਚ ਅੱਜ ਜਿਹੜਾ ਉਹ ਪ੍ਰੋਟੈਸਟ ਹੋਇਆ ਆ ਖਾਸ ਕਰਕੇ ਜਿਹੜੇ AB5 ਦੇ ਉਲਟ ਇਹਨਾਂ ਨੇ ਟਰੱਕ ਡਰਾਈਵਰਸ ਨੇ ਪ੍ਰੋਟੈਸਟ ਕੀਤਾ ਹੋਰ ਉਹਨਰ ਆਪਰੇਟਰਸ ਜਿਹੜੇ ਇਸ ਦੇ ਵਿੱਚ ਸੀਗੇ ਆ ਜਿਹੜੇ ਟਰੱਕ ਡਰਾਈਵਰਸ ਆ ਉਹਨਾਂ ਨੇ ਕਿਹਾ ਵੀ ਜੇ ਟਰੱਕ ਰੁਕਦੇ ਆ ਤੇ ਅਮਰੀਕਾ ਰੁਕਦਾ ਹੈ ਹਰਨੂਰ ਸਿੰਘ ਜੋ ਕਿ ਕਹਿੰਦੇ ਵੀ ਚਾਰ ਟਰੱਕ ਡਰਾਈਵਰਾਂ ਦੀ ਕੰਪਨੀ ਨੂੰ ਚਲਾਉਂਦਾ ਹੈ ਤੇ ਕਹਿੰਦੇ ਅਸੀਂ ਇਹ ਦਿਖਾਉਣਾ ਚਾਹੁੰਦੇ ਆ ਵੀ ਜੇ ਸਾਡੇ ਟਰੱਕ ਰੁਕਦੇ ਆ ਤੇ ਅਮਰੀਕਾ ਵੀ ਨਾਲ ਦੇ ਨਾਲ ਰੁਕ ਜਾਂਦਾ ਉਹਨਾਂ ਨੇ ਨਾਲ ਇਹ ਵੀ ਆਸ ਪ੍ਰਗਟਾਈ ਵੀ ਅਸੀਂ ਸੋਚਦੇ ਹਾਂ ਵੀ ਇਹ ਸਭ ਕੁਝ ਕਰਨ ਦੇ ਨਾਲ ਸੈਕਰਾਮੈਂਟੋ ਦੇ ਵਿੱਚ ਕੁਝ ਪੋਜ਼ਿਟਿਵ ਜਿਹੜਾ ਆ ਉਹ ਹੋਵੇਗਾ ਸੋ 2019 ਦਾ EB5 ਲਾ ਜਿਸ ਦੇ ਬਾਰੇ ਆਪਾਂ ਸਵੇਰੇ ਵੀ ਵਿਸਤਾਰ ਦੇ ਵਿੱਚ ਦੱਸਿਆ ਸੀਗਾ ਹੁਣ ਜਿਹੜੇ ਸੁਪਰੀਮ ਕੋਰਟ ਦੇ ਇਸ ਤੇ ਉੱਤੇ ਕੇਸ ਲੈਂਡ ਤੋਂ ਨਾ ਕਰਨ ਤੋਂ ਬਾਅਦ ਚ ਜੋ ਇਸ ਟਾਈਮ ਕੈਲੀਫੋਰਨੀਆ ਦੇ ਲਾਸਟ ਅਦਾਲਤ ਦਾ ਫੈਸਲਾ ਉਸ ਦੇ ਮੁਤਾਬਕ ਇਹ ਕਾਨੂੰਨ ਲਾਗੂ ਜਿਹੜਾ ਉਹ ਹੋ ਗਿਆ 70000 ਜਿਹੜੇ ਇੰਡੀਪੈਂਡੈਂਟ ਓਨਰ ਆਪਰੇਟਰਸ ਆ ਉਹਨਾਂ ਨੂੰ ਜਾਂ ਰਜਿਸਟਰ ਕਰਨਾ ਪਊਗਾ ਐਮਪਲਾਈ ਆਫ ਟਰਕਿੰਗ ਕੰਪਨੀਆਂਜ਼ ਦੇ ਨਾਲ ਜਾਂ ਹੋਰ ਕੰਪਨੀਆਂਜ਼ ਦੇ ਨਾਲ ਸੋ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਸਮਾਲ ਬਿਜ਼ਨਸ ਓਨਰਸ ਇੰਡੀਪੈਂਡੈਂਟ ਟਰੱਕਰਸ ਆ ਉਹਨਾਂ ਦੇ ਉੱਤੇ ਇਹ ਕਾਨੂੰਨ ਲਾਗੂ ਹੋ ਸਕਦਾ ਜੇ ਉਹ ਨਹੀਂ ਇਸ ਨੂੰ ਫਾਲੋ ਕਰਦੇ ਤਾਂ ਉਹਨਾਂ ਦੀਆਂ ਕੰਪਨੀਆਂ ਸ਼ਟਡਾਊਨ ਉਹਨਾਂ ਨੂੰ ਕਰਨੀਆਂ ਪੈ ਸਕਦੀਆਂ 100 ਤੋਂ ਵੱਧ ਕਹਿੰਦੇ ਆ ਵੀ ਅੱਜ ਪ੍ਰੋਟੈਸਟਰਸ ਆ ਉਹਨਾਂ ਨੇ ਜਿਹੜੇ ਟਰਮੀਨਲ ਦੇ ਐਂਟਰੈਂਸ ਸੀਗੇ ਪੋਰਟ ਆਫ ਓਕਲੈਂਡ ਦੇ ਉੱਤੇ ਉਸ ਨੂੰ ਬੰਦ ਕਰ ਦਿੱਤਾ ਜਿਸ ਦੇ ਕਰਕੇ ਕਿੰਨੇ ਵੀ ਫਲੋ ਆਫ ਗੁੱਡਸ ਜਿਹੜੇ ਕੰਟੇਨਰ ਆਉਣ ਜਾਣ ਦਾ ਕੰਮ ਇੱਕ ਹਿਸਾਬ ਦੇ ਨਾਲ ਰੁਕਿਆ ਰਿਹਾ ਜਿਹੜੇ ਡੌਕ ਦੇ ਵਰਕਰ ਸੀਗੇ ਉਹਨਾਂ ਨੇ ਵੀ ਟਰੱਕ ਡਰਾਈਵਰਜ਼ ਦੇ ਦੁਆਰਾ ਜਿਹੜੀ ਪਿਕਟ ਲਾਈਨ ਬਣਾਈ ਜਾਂਦੀ ਆ ਵੀ ਸਟ੍ਰਾਈਕ ਵਾਲੀ ਇੱਕ ਥਾਂ ਜਿਹੜੀ ਉਸ ਤੋਂ ਅੱਗੇ ਪਿੱਛੇ ਜਿਹੜਾ ਨਹੀਂ ਜਾਣਾ ਉਸ ਨੂੰ ਵੀ ਪਾਸ ਕਰਨ ਤੋਂ ਕ੍ਰਾਸ ਕਰਨ ਤੋਂ ਜਿਹੜਾ ਉਹ ਨਾ ਕਰ ਦਿੱਤੀ ਜਿਸ ਕਰਕੇ ਸ਼ਿਪਸ ਦੀ ਲੋਡਿੰਗ ਤੇ ਆਫ ਲੋਡਿੰਗ ਦਾ ਮੇਨ ਟਰਮੀਨਲ ਦੇ ਉੱਤੇ ਕੰਮ ਇੱਕ ਟਾਈਮ ਦੇ ਉੱਤੇ ਰੁਕ ਗਿਆ ਸੀਗਾ ਸੋ ਇਹ ਲਗਾਤਾਰ ਪ੍ਰੋਟੈਸਟ ਜਿਹੜੇ ਆ ਉਹ ਚੱਲ ਰਹੇ ਹੈਗੇ ਆ ਸੋ ਇੱਕ ਹੋਰ ਟਰੱਕ ਡਰਾਈਵਰ ਜਿਸ ਨੇ ਸਿਰਫ ਆਪਣਾ ਲਾਸਟ ਨੇਮ ਹੀ ਦੱਸਿਆ ਵੀ ਸਿੰਘ ਉਹਨੇ ਕਿਹਾ ਵੀ ਇੱਕ ਜਿਹੜਾ ਟਰੱਕ ਇੱਥੇ ਆ ਉਹ ਦੋ ਦੋ ਪਰਿਵਾਰਾਂ ਨੂੰ ਭਾਰਤ ਵਿੱਚ ਜਿਹੜਾ ਪੰਜਾਬ ਵਿੱਚ ਆ ਉਹਨੂੰ ਸਪੋਰਟ ਕਰ ਰਿਹਾ ਹੈਗਾ ਤੇ ਜੇ ਸਾਡੇ ਇੱਥੇ ਟਰੱਕ ਰੁਕਦੇ ਆ ਤੇ ਕਾਫੀ ਜਿਹੜੀ ਮੁਸ਼ਕਲ ਆ ਸਾਨੂੰ ਇੱਥੇ ਤੇ ਪਿੱਛੇ ਬੈਠੇ ਜਿਹੜੇ ਪਰਿਵਾਰ ਇਹਨਾਂ ਤੇ ਟੇਕ ਲਈ ਬੈਠੇ ਆ ਉਹਨਾਂ ਤੇ ਵੀ ਅਸਰ ਪਵੇਗਾ ਅਗਲੀ ਨਵਰਚ ਪੋਰਟਲੇ ਰੈਸਟੋਰੈਂਟ ਦੇ ਸਬੰਧ ਦੇ ਵਿੱਚ ਹੈ ਜਿ ਪੋਰਟਲੇ ਮੈਕਸੀਕਨ ਗ੍ਰਿਲ ਇਹ ਰੈਸਟੋਰੈਂਟ ਇੱਕ ਮੇਨ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਵੀ ਇਹ ਤਾਂ ਆਲਮੋਸਟ ਹਰ ਸ਼ਹਿਰ ਦੇ ਵਿੱਚ ਹੈਗੇ ਆ ਅਗਸਟਾ ਮੇਨ ਸਟੇਟ ਦੇ ਵਿੱਚ ਇੱਕ ਚਪੋਟਲੇ ਦਾ ਰੈਸਟੋਰੈਂਟ ਸੀ ਜਿੱਥੇ ਕਿ ਉਹਨਾਂ ਦੇ EMPLOYEES ਨੇ ਯੂਨੀਅਨ ਬਣਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਤੇ ਅੱਜ ਚਪੋਟਲੇ ਨੇ ਅਨਾਉਂਸ ਕਰਤਾ ਵੀ ਅਸੀਂ ਪਰਮਾਨੈਂਟਲੀ ਯੂਜ਼ਡ ਹੋ ਰਾ ਉਥੋਂ ਬੰਦ ਕਰਨ ਜਾ ਰਹੇ ਹਾਂ ਕਹਿੰਦੇ ਸਾਡੇ ਕੋਲ ਪਹਿਲਾਂ ਵੀ ਬਹੁਤ STAFFING ਚੈਲੰਜਸ ਹੈਗੇ ਆ ਲੋਕ ਕੰਮ ਤੇ ਨਹੀਂ ਆ ਰਹੇ ਕੰਮ ਤੇ ਬੰਦੇ ਲੱਭਣੇ ਬੜੇ ਔਖੇ ਹੈਗੇ ਆ ਸੋ ਉਹ ਉਹਨਾਂ ਨੇ ਕਿਹਾ ਵੀ ਰੈਸਟੋਰੈਂਟ ਪਰਮਾਨੈਂਟਲੀ ਅਸੀਂ ਕਲੋਜ਼ ਕਰਨ ਜਾ ਰਹੇ ਹਾਂ ਹੂੰ ਜੀ ਕਹਿੰਦੇ ਵੀ ਕਾਮਿਆਂ ਨੂੰ ਇਕੱਠੇ ਨਹੀਂ ਹੋਣ ਦੇ ਐਂਜਿਸਟ੍ਰੈਂਟ ਜਿਹੜਾ ਆ ਉਹ ਬੰਦ ਕਰ ਲਾਂਗੇ ਇੱਧਰ ਕਾਮੇ ਜਿਹੜੇ ਇਕੱਠੇ ਹੋਣ ਦੀ ਕੋਸ਼ਿਸ਼ ਜਿਹੜੀ ਇੱਧਰ EB5 ਦੇ ਉਲਟ ਉਹ ਕਰ ਰਹੇ ਹੈਗੇ ਆ ਅ ਅਗਲੀ ਜਿਹੜੀ ਗੱਲ ਕਰੀਏ ਜੱਜ ਨੇ ਅਕਤੂਬਰ ਦਾ ਟ੍ਰਾਇਲ ਰੱਖਤਾ ਜੀ ਈਲਨ ਮਸਕ ਤੇ ਟਵਿੱਟਰ ਦੇ ਜਿਹੜੇ ਲਾ ਸੂਟ ਆ ਉਹਨਾਂ ਦੇ ਦਰਮਿਆਨ ਆ ਟਵਿੱਟਰ ਦੇ ਜਿਹੜੇ ਲਾਇਰ ਆ ਉਹ ਟੈਸਲਾ ਦੇ ਓਨਰ ਦੇ ਉੱਤੇ ਇਹ ਦੋਸ਼ ਲਾ ਰਹੇ ਆ ਵੀ ਜਾਣ ਬੁੱਝ ਕੇ ਇਸ ਡੀਲ ਨੂੰ ਸਬਟੈਚ ਇਸਨੇ ਕਿਹਾ ਹੈਗਾ ਸੋ ਟਵਿੱਟਰ ਦੇ ਲਈ ਕਹਿੰਦੇ ਵੀ ਇਹ ਇੱਕ ਹਿਸਾਬ ਦੇ ਨਾਲ ਛੋਟੀ ਜਿੱਤ ਦੇ ਵਜੋਂ ਦੇਖਿਆ ਜਾ ਰਿਹਾ ਹੈ ਵੀ ਅੱਜ ਮੰਗਲਵਾਰ ਨੂੰ ਜੱਜ ਨੇ ਇਹ ਕਿਹਾ ਆ ਵੀ ਕੰਪਨੀ ਦਾ ਲਾਸ ਸੂਟ 44 ਬਿਲੀਅਨ ਡਾਲਰ ਜੀ ਦੀ ਐਕ acquisition ਐਗਰੀਮੈਂਟ ਤੋਂ ਇਹ ਪਿੱਛੇ ਭਗਾੜਾ ਹੋ ਗਿਆ ਭੱਜ ਗਿਆ ਸੀਗਾ ਹੱਥ ਪਿੱਛੇ ਖਿੱਚਲੇ ਸੀਗੇ ਉਸ ਦਾ 5 ਦਿਨਾਂ ਦਾ ਟ੍ਰਾਇਲ ਅਕਤੂਬਰ ਦੇ ਵਿੱਚ ਐਲਾਨ ਦਿੱਤਾ ਆ ਸੋ ਇਹ ਪਹਿਲੀ ਹੀਅਰਿੰਗ ਸੀਗੀ ਇਸ ਕੇਸ ਦੀ ਤੇ ਨਾਲ ਹੀ ਟਵਿੱਟਰ ਨੇ ਮੰਗ ਕੀਤੀ ਸੀ ਵੀ ਇਸ ਨੂੰ ਐਕਸਪਰਡਾਈਟ ਯਾਨੀ ਕਿ ਤੇਜ਼ੀ ਦੇ ਨਾਲ ਕੀਤਾ ਜਾਵੇ ਪਿਛਲੇ ਹਫਤੇ ਹੀ ਟਵਿੱਟਰ ਦੁਆਰਾ ਮਸਕ ਦੇ ਉੱਤੇ ਇਹ ਲਾ ਸੂਟ ਦਰਜ ਕੀਤਾ ਗਿਆ ਸੀ ਕਿਉਂਕਿ ਮਸਕ ਨੇ ਇਸ ਡੀਲ ਤੋਂ ਹੱਥ ਪਿੱਛੇ ਪਿੱਛੇ ਜਿਹੜੇ ਉਹ ਖਿੱਚ ਲਈ ਸੀ